ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਤਾਪ ਕ੍ਰਿਸ਼ਨ ਜੀ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਕਰੋਸ਼ੀ ਦਾ ਦੋ ਰੰਗ ਦਾ ਡਿਜ਼ਾਇਨ। ਇਹਦੇ ਵਿੱਚ ਮੈਂ ਦੋ ਰੰਗ ਪਾਏ ਨੇ ਇਸ ਤਰ੍ਹਾਂ। ਇਹ ਤੁਸੀਂ ਕੋਟੀ ਜਾਂ ਸਵੈਟਰ ਕਾਸੇ 'ਚ ਵੀ ਪਾ ਸਕਦੇ ਹੋ। ਇਹ ਬੁਣਤੀ ਇੱਕ ਰੰਗ 'ਚ ਮੈਂ ਪਹਿਲਾਂ ਵੀ ਦਿਖਾਈ ਹੈ, ਹੁਣ ਇਹ ਦੋ ਰੰਗਾਂ 'ਚ ਦਿਖਾਉਣ ਲੱਗੀ ਹਾਂ। ਪੁੱਠਾ ਪਾਸਾ ਆਪਾਂ ਬੁਣਨਾ ਸਾਰਾ ਸਿੰਗਲ ਕਰੋਸ਼ੀਆ। ਦੋਨੇ ਲੈਣਾ ਬਣਾ ਕੇ ਹੁਣ ਅਗਲੀ ਵਾਰ ਆਪਾਂ ਕਲਰ ਚੇਂਜ ਕਰ ਦਿਆਂਗੇ ਇਸ ਤਰ੍ਹਾਂ। ਹੁਣ ਦੁਬਾਰੇ ਉਸੇ ਤਰ੍ਹਾਂ ਰਿਪੀਟ ਕਰਨਾ ਹੈ।
ਇਸ ਤਰ੍ਹਾਂ ਅੱਗੇ ਅੱਗੇ ਕਲਰ ਚੇਂਜ ਕਰ ਕਰਕੇ ਬੁਣਤੀ ਬਣਾਈ ਜਾਣੀ ਹੈ। ਇਹ ਬੁਣਤੀ ਬਹੁਤ ਸੋਹਣੀ ਲੱਗੂਗੀ। ਆਪਣੇ ਸਵੈਟਰ ਕੋਟੀ ਕਾਸੇ ਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ। ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਔਰ ਲਾਈਕ ਜ਼ਰੂਰ ਕਰਿਓ।